ਜਾਣੀ ਹੈ ਕੋੜੀਆਂ ਲੈ ਕੇ ਤੁਰੇ ਫਿਰਦੇ ਅਸੀਂ ਤਾਂ ਮੈਡਮ ਜੀ ਕਿਹਾ ਆਈ ਇਹਨਾਂ ਨੂੰ ਗਿਆ ਮੁੰਡਾ ਹੁਣੀ ਪਰਲੇ ਪਾਸੇ ਬੇਟੇ ਪੁਲਿਸ ਦੇ ਕਾਗਜ਼ ਤਾਂ ਲਿਆਓ ਨਾ ਹਾਂਜੀ ਹਾਂਜੀ ਮੈਂ ਇਹੀ ਗੱਲ ਹੀ ਦਿਖਾਈਏ ਦੋ ਆਲਰੇਡੀ ਬਾਡੀਜ਼ ਪਈਆਂ ਤਿੰਨ ਕਿੱਥੇ ਰਖਾਵਾਂ ਮੈਂ ਲਿਆ ਕਾਗਜ਼ ਨਾਲ ਦੀ ਨਾਲ ਅਸੀਂ ਪੋਸਟਮਾਰਟਮ ਕਰ ਦਈਏ ਖਤਮ ਕਰੀਏ ਨਾ ਬਾਡੀ ਖਰਾਬ ਹੋ ਜਾਏਗੀ ਇੰਨੇ ਦੇਰ ਚ ਤਾਂ ਆਹੀ ਗੱਲ ਹੀ ਗਈ ਇਹਨੇ ਮੈਡਮ ਜੀ ਮੁੜ ਕੇ ਕਿੱਥੇ ਬੁਲਾਓ ਨਾ ਪੁਲਿਸ ਵਾਲੇ ਨਾਲ ਕਿੱਥੇ ਗਿਆ ਮੁੰਡਾ ਪੁਲਿਸ ਵਾਲਾ ਕੋਈ ਵੀ ਨਹੀਂ ਆ ਰਿਹਾ ਨਹੀਂ ਮੈਂ ਹੁਣੇ ਨਾਲ ਗੱਲ ਕੀਤੀ ਥਾਣਾ ਨਾਲ ਲੰਬੀ ਵਾਲੇ ਥਾਣੇ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜੀ ਉਹਨਾਂ ਨੇ ਦੇ ਕਿਉਂ ਦਿੱਤੀ ਹੈ ਮੈਂ ਕਿਹਾ ਜੀ ਤੁਹਾਡੀ ਕਸਟਡੀ ਚ ਤੁਸੀਂ ਕਿਉਂ ਲਈ ਆ ਹਾਂ ਮੈਂ ਤਾਂ ਹੁਣੇ ਗੱਲ ਕੀਤੀ ਹੈ ਕੱਲ ਕਰਕੇ ਹਟੀ ਆ ਵੀ ਤੁਸੀਂ ਕਿਵੇਂ ਬਾਡੀਆਂ ਦਿੱਤੀਆਂ ਕੁਝ ਕਾਗਜ਼ ਲਿਆਓ ਜਾਂ ਤਾਂ ਅਸੀਂ ਪੋਸਟਮਾਰਟਮ ਕਰੀਏ ਅਸੀਂ ਨਾ ਗਏ ਸੀ ਉੱਥੇ ਆਪਣੇ ਮਲੋਟ ਉੱਥੇ ਐਸ ਐਮ ਐਸ ਸਾਹਿਬ ਨੇ ਕਿਹਾ ਕਿ ਐਪਲੀਕੇਸ਼ਨ ਲਿਖ ਕੇ ਤੁਸੀਂ ਲੈ ਜਾਓ ਨਹੀਂ ਤੁਸੀਂ ਨਹੀਂ ਲਿਜਾ ਸਕਦੇ ਜਿਹੜੀ ਬਾਡੀ ਹੁੰਦੀ ਹੈ ਨਾ ਡੈਡ ਬਾਡੀ ਇਹ ਪੁਲਿਸ ਦੀ ਕਸਟਡੀ 'ਚ ਹੁੰਦੀ ਹੈ ਇਹ ਤੁਹਾਡੇ ਕੋਲ ਨਹੀਂ ਤੁਸੀਂ ਨਹੀਂ ਲਿਆ ਸਕਦੇ ਇੱਦਾਂ ਹੁਣ ਸਾਡੇ ਕੋਲ ਆਲਰੇਡੀ ਦੋ ਬਾਡੀਜ਼ ਪਈਆਂ ਦੋਨੋਂ ਫ੍ਰਿਜ ਫੁੱਕਦਾ ਨਹੀਂ ਤਾਂ ਅੰਦਰ ਵੀ ਰਖਾ ਲਈ ਹੁਣ ਕਿੱਥੇ ਰਖਾਈਏ ਦੋ ਬਾਡੀ ਇੱਕ ਤਾਂ ਰਾਤੀ ਮਲੋਟ ਤੋਂ ਹੀ ਆਈ ਹੈ ਸ਼ਾਇਦ ਇਹਨਾਂ ਦੇ ਵਿੱਚੋਂ ਹੀ ਹੈ ਇੱਕ ਬਾਡੀ ਉਹ ਨਹੀਂ ਨਹੀਂ ਉਹਨਾਂ ਨੇ ਲਿਖ ਕੇ ਇੱਕ ਕਾਗਜ਼ ਭੇਜਿਆ ਵੀ ਬਾਡੀ ਲੈ ਜਾਓ ਸਾਡੇ ਕੋਲ ਜਗ੍ਹਾ ਨਹੀਂ ਅਸੀਂ ਰੱਖ ਲਈ ਇੱਕ ਕੋਈ ਮਰਡਰ ਕੇਸ ਹੈ ਉਹਦੀ ਬਾਡੀ ਪਈ ਹੋਈ ਹੈ ਦੋ ਬਾਡੀਜ਼ ਪਈਆਂ ਮੈਂ ਇੱਕ ਰਿਕਵੈਸਟ ਹੈ ਉੱਥੇ ਐਸਐਮਐਸ ਸਾਹਿਬ ਦਾ ਜੇ ਨੰਬਰ ਹੋਇਆ ਆਪਾਂ ਗੱਲ ਕਰ ਲੈਣੇ ਲੋ ਕਰੋ ਗੱਲ ਤਾਂ ਤੁਸੀਂ ਪਹਿਲਾਂ ਕੀਤੀ ਹੋਈ ਹੈ ਨਹੀਂ ਗੱਲ ਨਹੀਂ ਅਸੀਂ ਐਪਲੀਕੇਸ਼ਨ ਲਿਖ ਕੇ ਦਿੱਤੀ ਉਹਨਾਂ ਨੂੰ ਨਹੀਂ ਫਿਰ ਅੱਜ ਤੁਸੀਂ ਐਦਾਂ ਚੁੱਕਣੀ ਨਹੀਂ ਹੁੰਦੀ ਨਾ ਬਾਡੀ ਨਹੀਂ ਮੈਂ ਉਹਨਾਂ ਨੇ ਕਿਹਾ ਤੁਸੀਂ ਅੱਛਾ ਐਕਸੀਡੈਂਟ ਕੇਸ ਆਈ ਸੀ ਅੱਜ ਕਿਹੜੀ ਸੀ ਗੱਲ ਤੇ ਬਾਰੇ ਹਾਂਜੀ ਉਹ ਤਿੰਨ ਬਾਡੀਜ਼ ਲੈ ਕੇ ਆਏ ਸੀ ਕਿ ਯੂ ਤਾਗਾ ਮਿਲ ਦੇ ਇੰਪਲੋਈ ਸੀਗੇ ਜਿਹੜੀ ਲੰਬੀ ਦੇ ਕੋਲ ਐਕਸੀਡੈਂਟ ਹੋਇਆ ਬਟ ਉਹ ਆਪਣੇ ਬਾਡੀਜ਼ ਚੁੱਕ ਕੇ ਲਿਆਏ ਪੁਲਿਸ ਵਾਲਾ ਕੋਈ ਮੁਲਾਜ਼ਮ ਨਹੀਂ ਸੀਗਾ ਉਹਨਾਂ ਦੇ ਨਾਲ ਉਹਨਾਂ ਨੂੰ ਇਹ ਸਮਝਾਇਆ ਗਿਆ ਵੀ ਪੁਲਿਸ ਦੀ ਕਸਟਡੀ ਦੇ ਵਿੱਚ ਕਾਗਜ਼ ਲੈ ਕੇ ਆਓ ਤਾਂ ਕਿ ਉਹਦਾ ਪੋਸਟਮਾਰਟਮ ਹੋ ਸਕੇ ਕਾਗਜ਼ ਦਿਖਾਣੀ ਪਏ ਕੁਛ ਨਹੀਂ ਕਾਗਜ਼ ਉਹਨਾਂ ਕੋਲ ਨਹੀਂ ਸੀਗੇ ਕਾਗਜ਼ ਹਲੇ ਬਣੇ ਨਹੀਂ ਹੈ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਥਾਣਾ ਜਿਹੜੇ ਮੁਨਸ਼ੀ ਜੀ ਉਹ ਕਹਿੰਦੇ ਜੀ ਹਲੇ ਕੱਲ੍ਹ ਤੱਕ ਆਉਣਗੇ ਇਹਨਾਂ ਦੇ ਰਿਸ਼ਤੇਦਾਰ ਫਿਰ ਪੋਸਟਮਾਰਟਮ ਕਰਾਉਣਾ ਇਹਨਾਂ ਦਾ ਬਿਨਾਂ ਪੁੱਛੇ ਲੈ ਕੇ ਆ ਗਏ ਹਾਂਜੀ ਹਾਂਜੀ ਆਪਣੀ ਮਰਜ਼ੀ ਨਾਲ ਲੈ ਕੇ ਮੈਡਮ ਫ੍ਰੀਜਰ ਤੋਂ ਬਾਹਰ ਬੋਡੀ ਰਹਿਣਾ ਇਸ ਤਰ੍ਹਾਂ ਦੋ ਤਿੰਨ ਘੰਟੇ ਹੈ ਨਾ ਜਾਣ ਤੇ ਇੱਥੇ ਵੀ ਦੋ ਘੰਟੇ ਰਹਿਣੀਆਂ ਖਰਾਬ ਹੋਣ ਦੇ ਚਾਂਸ ਕਿੰਨੇ ਬਿਲਕੁਲ ਗਰਮੀ ਹੈ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਹੈ ਖਰਾਬ ਹੋ ਜਾਂਦੀ ਹੈ ਬਾਡੀ ਜਲਦੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਫ੍ਰਿਜ 'ਚ ਹੀ ਰੱਖਣੀ ਚਾਹੀਦੀ ਹੈ ਬਾਡੀ ਨੂੰ ਤਾਂ ਇਹਨੇ ਕਿਹਾ ਵੀ ਪੁਲਿਸ ਵਾਲੇ ਕਾਗਜ਼ ਲੈ ਕੇ ਆਉਣ ਤਾਂ ਅਸੀਂ ਤਾਂ ਕਿ ਫਟਾਫਟ ਕਰ ਦਈਏ ਜਾਂ ਫਿਰ ਇਹਨੂੰ ਫ੍ਰੀਜ਼ਰ 'ਚ ਰਖਾਇਆ ਜਾਏ ਦੋ ਹੀ ਹੱਲ ਹੋ ਸਕਦੇ ਆ ਹੁਣ ਵਾਪਸ ਭੇਜਦੇ ਫਿਰ ਉਸ ਤੋਂ ਮਲੋਟ ਤੋਂ ਲੈ ਕੇ ਆਏ ਸੀ ਉਹ ਆਪਣੇ ਆਪ ਚੁੱਕ ਲਿਆ ਸੀ ਬਾਡੀਜ਼ ਫਿਰ ਮਲੋਟ ਦੇ ਐਸਐਮਓ ਸਾਹਿਬ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜੀ ਅਸੀਂ ਰਖਵਾ ਲੈਣਾ ਫ੍ਰੀਜ਼ਰ ਦੇ ਵਿੱਚ ਕਿਉਂਕਿ ਕਾਗਜ਼ ਸਾਲੇ ਟਾਈਮ ਲੱਗੇਗਾ ਉਹਨਾਂ ਕੋਲ ਆਉਣ ਦੇ ਉਹਨਾਂ ਨੇ ਦੱਸਿਆ ਸੀ ਐਸਐਮਓ ਸਾਹਿਬ ਨੇ ਵੀ ਉਹਨਾਂ ਦੀ ਮਰਜ਼ੀ ਨਾਲ ਲੈ ਕੇ ਜਾਂ ਬਿਨਾਂ ਤੋਂ ਲੈ ਕੇ ਹਾਂ ਉਹਨਾਂ ਨੇ ਹੀ ਕਿਹਾ ਵੀ ਪੁਲਿਸ ਵਾਲੇ ਨਹੀਂ ਸੀਗੇ ਨਾਲ ਪੁਲਿਸ ਦੇ ਨਾਲ ਆਉਣੀ ਚਾਹੀਦੀ ਸੀ ਬਾਡੀ ਨਾ ਪੁਲਿਸ ਵਾਲੇ ਕੋਈ ਨਹੀਂ ਆਇਆ ਨਾਲ ਸਰ ਇੱਕ ਐਕਸੀਡੈਂਟ ਦਾ ਮਾਮਲਾ ਆਇਆ ਸੀਗਾ ਐਕਟੀ ਦਾ ਮੋਟਰਸਾਈਕਲ ਤੇ ਕੀ ਸੀਗਾ ਸਰ ਕੱਲ੍ਹ ਇੱਕ ਜਿਹੜਾ ਲੰਬੀ ਪੰਜਾਬਾ ਰੋਡ 'ਤੇ ਇੱਕ ਤਿੰਨ ਪ੍ਰਵਾਸੀ ਮਜ਼ਦੂਰ ਸੀਗੇ ਜਿਹੜੇ ਇੱਕ ਮੋਟਰਸਾਈਕਲ 'ਤੇ ਜਾ ਰਹੇ ਸੀ ਇਹਨਾਂ ਦੇ ਕਿਸੇ ਕਣਪਛਤ ਵਹੀਕਲ ਨਾਲ ਐਕਸੀਡੈਂਟ ਹੋਣ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ ਜਿਸ ਕਰਕੇ ਉਹਨਾਂ ਦੀ ਡੈਡ ਬੋਡੀਜ਼ ਨੂੰ ਅਸੀਂ ਸਿਵਲ ਹੋਸਪਿਟਲ ਮਲੋਟ ਦੀ ਮੋਰਚਰੀ 'ਚ ਸਬਮਿਟ ਕਰਾਇਆ ਸੀਗਾ ਅਤੇ ਜਿਹੜੇ ਉਹਦੇ ਵਾਰਸ ਹੈ ਜਿਹੜੇ ਹੈਗੇ ਆ ਉਹ ਦੂਰ ਦੇ ਪ੍ਰਵਾਸੀ ਮਜ਼ਦੂਰ ਸੀ ਉਹਨਾਂ ਨੇ ਦੂਰੋਂ ਆਉਣਾ ਸੀ ਉਹ ਅਜੇ ਤੱਕ ਆਏ ਨਹੀਂ ਉਹਨਾਂ ਦੇ ਬਿਆਨ ਲਿਖ ਕੇ ਅਸੀਂ ਜਿਹੜੀ ਹੈਗੀ ਕਾਰਵਾਈ ਅੱਜ ਉਹਨੇ ਡੈਡ ਬੋਡੀ ਕਿੱਧਰੋਂ ਲਿਆਂਦੀ ਗਈ ਸਰ ਉਹਦੇ ਬਾਰੇ ਕੁਛ ਲੱਗਿਆ ਉਸ ਬਾਰੇ ਸਾਨੂੰ ਜਾਣਕਾਰੀ ਨਹੀਂ ਹੈਗੀ ਅਸੀਂ ਉਸ ਬਾਰੇ ਪੜਤਾਲ ਕਰ ਰਹੇ ਹਾਂ ਜੇ ਕੋਈ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਤਾਂ ਜਿਹੜੇ ਬਣਦੇ ਉਹਨਾਂ ਦੇ ਹੈਗੇ ਆ ਤੁਹਾਡਾ ਮੁਲਾਜ਼ਮ ਤਾਂ ਜ਼ਰੂਰੀ ਸੀ ਸਰ ਉਹਨਾਂ ਨਾਲ ਕੋਈ ਇਸ ਤਰ੍ਹਾਂ ਦੀ ਹਾਂਜੀ ਮੁਲਾਜ਼ਮ ਅਤੇ ਸਾਡੇ ਹਜੇ ਉਹਨਾਂ ਨੇ ਕੋਈ ਸਾਨੂੰ ਹੈਲਥ ਡਿਪਾਰਟਮੈਂਟ ਵੱਲੋਂ ਜਾਂ ਕਿਸੇ ਵੀ ਵੱਲੋਂ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਇਸ ਬਾਰੇ ਭੇਜਿਆ ਇਹ 'ਚ ਕੋਈ ਅਣਗਹਿਲੀ ਵਰਤੀ ਜਿਹਦੀ ਵੀ ਉਹਦੇ ਕਾਰਵਾਈ ਕਰਕੇ ਜੇ ਕੋਈ ਇਸ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਤਾਂ ਉਸ 'ਤੇ ਬਣਦਾ ਐਕਸ਼ਨ ਜ਼ਰੂਰ ਹੈ